ਛੋਲੇ ਭਟੂਰੇ ਦੀ ਪਲੇਟ 20 ਤੋਂ ਕੀਤੀ 40 ਦੀ ਤਾਂ ਇਸ ਸ਼ਖਸ ਨੇ ਕੀਤੀ ਡੀਸੀ ਨੂੰ ਸ਼ਿਕਾਇਤ। ਤਾਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਛੋਲੇ ਭਟੂਰੇ ਦੀ ਪਲੇਟ ਦਾ ਰੇਟ 20 ਤੋਂ 40 ਹੋਣ 'ਤੇ ਇਸ ਸ਼ਖਸ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ। ਤਾਂ ਪ੍ਰਸ਼ਾਸਨ ਨੇ ਵੀ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਆਖੀ ਹੈ। ਉਧਰੀ ਦੂਜੇ ਪਾਸੇ ਸ਼ਿਕਾਇਤਕਰਤਾ ਬਿੰਦਰ ਸਿੰਘ ਨੇ ਕਿਹਾ ਕਿ ਉਹ ਦਿਹਾੜੀ ਕਰਦਾ ਹੈ, ਤਾਂ ਦੁਪਹਿਰ ਸਮੇਂ ਉਸਦੀ ਦਾਲ ਖਰਾਬ ਹੋ ਗਈ ਸੀ, ਜਿਸ ਦੇ ਚੱਲਦੇ ਉਹ ਭਟੂਰੇ ਵਾਲੀ ਦੁਕਾਨ 'ਤੇ ਗਿਆ ਅਤੇ ਭਟੂਰੇ ਖਾਣ ਤੋਂ ਬਾਅਦ ਉਸਨੂੰ 20 ਵਾਲੀ ਪਲੇਟ 40 ਦੀ ਲਗਾਈ, ਤਾਂ ਉਸਦੀ ਜੇਬ ਦੇ ਵਿੱਚ ਸਿਰਫ 50 ਰੁਪਏ ਸੀ, ਜੋ ਕਿ ਉਸਨੂੰ ਦੇਣੇ ਬਹੁਤ ਔਖੇ ਲੱਗੇ। ਤਾਂ ਦੱਸਦੇ ਕਿ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਆਪਣੇ ਘਰੋਂ ਦੁਪਹਿਰ ਦੀ ਦਾਲ ਰੋਟੀ ਲੈ ਕੇ ਆਇਆ ਸੀ ਇਹ ਸ਼ਖਸ। ਤਾਂ ਜਦੋਂ ਖਾਣ ਲੱਗਿਆ ਤਾਂ ਉਸਦੀ ਦਾਲ ਗਰਮੀ ਕਾਰਨ ਖੱਟੀ ਹੋ ਗਈ ਸੀ, ਯਾਨੀ ਕਿ ਉਹ ਖਰਾਬ ਹੋ ਚੁੱਕੀ ਸੀ। ਤਾਂ ਉਹ ਰੇਹੜੀ 'ਤੇ ਜਾ ਕੇ ਛੋਲੇ ਭਟੂਰੇ ਖਾਣ ਚਲਾ ਗਿਆ, ਜਿੱਥੇ ਉਸਨੂੰ 20 ਰੁਪਏ ਵਾਲੀ ਪਲੇਟ 40 ਰੁਪਏ ਦੀ ਲਗਾਈ ਗਈ, ਜੋ ਕਿ ਪਹਿਲਾਂ ਤੋਂ ਜ਼ਿਆਦਾ ਸੀ, ਪਰ ਉਸਦੀ ਜੇਬ ਦੇ ਵਿੱਚ ਸਿਰਫ 50 ਰੁਪਏ ਹੀ ਸੀ। ਤਾਂ ਉਸਨੇ ਰੇਹੜੀ ਵਾਲੇ ਦੇ ਨਾਲ ਰੇਟ ਵੱਧ ਹੋਣ 'ਤੇ ਨਾਰਾਜ਼ਗੀ ਵੀ ਜਤਾਈ। ਤਾਂ ਅੱਗੋਂ ਉਸਨੇ ਕਿਹਾ ਕਿ ਮਹਿੰਗਾਈ ਵੱਧ ਗਈ ਹੈ, ਪਰ ਉਸਨੇ ਆਪਣੀ ਆਵਾਜ਼ ਉਠਾਉਣ ਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ। ਤਾਂ ਉਹਨਾਂ ਨੇ ਇੱਕ ਕੰਪਲੇਂਟ ਲਿਖਾਈ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ। ਉਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਂਚ ਦੇ ਲਈ ਅੱਗੇ SDM ਨੂੰ ਭੇਜਿਆ। ਤਾਂ ਮਜ਼ਦੂਰ ਇਸ ਕਾਰਵਾਈ ਤੋਂ ਬੇਹੱਦ ਖੁਸ਼ ਹੋਇਆ, ਕਿਉਂਕਿ ਉਸਨੂੰ ਲੱਗ ਰਿਹਾ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਇਨਸਾਨ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਤਾਂ ਇਹ ਮਜ਼ਦੂਰ ਇਸ ਕਾਰਵਾਈ ਤੋਂ ਬੇਹੱਦ ਖੁਸ਼ ਨਜ਼ਰ ਆਇਆ, ਕਿਉਂਕਿ ਉਸਨੂੰ ਲੱਗਿਆ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਤਾਂ ਉਸਨੇ ਕਿਹਾ ਕਿ ਜੇਬ ਦੇ ਵਿੱਚ ਉਸਦੇ 50 ਰੁਪਏ ਹੋਣ ਦੇ ਬਾਵਜੂਦ 40 ਰੁਪਏ ਜਦ ਖਾਣ 'ਤੇ ਲੱਗ ਜਾਣ, ਤਾਂ ਉਹ ਇੱਕ ਮਜ਼ਦੂਰ ਹੀ ਜਾਣ ਸਕਦਾ ਹੈ ਕਿ ਘਰ ਜਾਣ ਸਮੇਂ 10 ਰੁਪਏ ਨਾਲ ਕਿਵੇਂ ਗੁਜ਼ਾਰਾ ਹੁੰਦਾ। ਮੇਰਾ ਨਾਮ ਬਿੰਦਰਾ ਵੀਰ ਜੀ, ਅਤੇ ਮੈਂ ਲੇਬਰ ਦਾ ਕੰਮ ਕਰਦਾ, ਅਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਛੁੱਟੀ ਹੁੰਦੀ 1 ਵਜੇ, ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ। ਅਤੇ ਉਹ ਮੈਂ ਗਿਆ ਅਤੇ ਉੱਥੇ ਭੂਟੂਰਿਆਂ ਦੀ ਪਲੇਟ 20 ਰੁਪਏ ਦੀ ਹੁੰਦੀ ਆ, ਆਮ ਅਸੀਂ ਖਾਂਦੇ ਹਾਂ, ਅਤੇ ਉਸ ਦਿਨ ਮੈਂ ਉਹਨੇ 40 ਰੁਪਏ ਲੈ ਲਏ ਜੀ। ਮੇਰੀ ਜੇਬ 'ਤੇ ਸਿਰਫ 50 ਰੁਪਏ ਸੀਗੇ, ਅਤੇ 50 ਰੁਪਏ ਲੈ ਲਏ ਜੀ। ਮੈਨੂੰ ਬਹੁਤ ਔਖਾ ਲੱਗਿਆ ਵੀ ਇਹਨੇ ਮੇਰੇ ਤੋਂ ਇੰਨੇ ਪੈਸੇ ਲੈ ਲਏ, ਅਤੇ ਮੈਂ ਉਹਦੀ ਕੰਪਲੇਂਟ ਕਰੀ ਜੀ DC ਸਾਹਿਬ ਦੇ। ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ? ਹਾਂ ਬਿਲਕੁਲ ਖਾਂਦਾ ਸੀਗਾ ਜੀ, ਅਤੇ ਉਹਨੇ ਉਦੋਂ ਮੇਰੇ ਤੋਂ 40 ਰੁਪਏ ਲੈ ਲਏ ਜੀ। ਤੁਸੀਂ ਕੀ ਗੱਲਬਾਤ? ਮੈਂ ਉਹਨੂੰ ਕਿਹਾ ਮੈਂ ਤੂੰ ਧੱਕਾ ਕਰ ਰਿਹਾ, ਤੂੰ ਜ਼ਿਆਦਾ ਪੈਸੇ ਲੈ ਰਿਹਾ। ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਜੀ, ਐਂ ਵੱਧ ਗਿਆ। ਮੈਂ ਸਾਰੀ ਚੀਜ਼ ਦੇ ਰੇਟ ਫਿਕਸ ਨੇ, ਤੂੰ ਇੰਨਾ ਥੋੜ੍ਹੇ ਦਿਨਾਂ ਬਾਅਦ ਰੇਟ ਵਧਾ ਦੇਣਾ, ਤੂੰ ਗਲਤ ਕਰ ਰਿਹਾ ਕੰਮ ਇਹ। ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜ੍ਹੇ ਪੈਸੇ? ਹੋਰ ਮੈਂ ਮਤਲਬ ਥੋੜ੍ਹੇ ਪੈਸਿਆਂ 'ਚ ਮੇਰਾ ਗੁਜ਼ਾਰਾ ਹੁੰਦਾ ਸੀਗਾ, ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪੈ ਗਏ ਜੀ ਮੈਨੂੰ ਮਜ਼ਬੂਰੀ 'ਚ। ਇਹੋ ਜਿਹੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਂਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਅਫਸਰ ਤੁਹਾਡੀ ਮਦਦ ਕਰਨਗੇ? ਜੀ ਮੈਨੂੰ ਤਾਂ ਇਹੀ ਆਸ ਕਰਕੇ ਮੈਂ ਕੰਪਲੇਂਟ ਕਰੀ ਜੀ, ਮੇਰੀ ਮਦਦ ਕਰਨਗੇ, ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ, ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੇਂਟ ਕਰ ਰਿਹਾ, ਇਹ ਕੋਈ ਗੱਲ ਆ ਕਰਨ ਵਾਲੀ? ਪਰ ਅੱਜ ਤੁਸੀਂ ਮੇਰੇ ਕੋਲ ਪਹੁੰਚੋ, ਮੇਰੀ ਗੱਲ ਸੁਣੀ ਆ। ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨੂੰ ਨਾਲ ਲੈ ਕੇ ਗਏ? ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ, ਮੈਂ ਤਾਂ ਖੁਦ ਹੀ ਗਿਆ ਸੀ। ਉਦੋਂ ਅਰਜੀ ਨੇ ਵੀ ਇਸ ਤੋਂ ਅਰਜੀ ਲਿਖਿਆ ਜੀ, ਅਤੇ ਮੈਂ DC ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਂਟ ਦੇ ਕੇ ਆਇਆ ਜੀ। ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਕੰਪਲੇਂਟ ਦੇ ਉੱਪਰ ਕੀ ਅਸਰ ਹੋਇਆ? ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ? ਕਾਗਜ਼ ਪੱਤਰ ਫੜੇ ਤੁਹਾਡੇ? ਹਾਂਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ, ਅਤੇ ਉਹ 'ਤੇ ਤਾਂ ਕਰਕੇ ਤੁਸੀਂ ਮੇਰੇ ਕੋਲ ਆਏ ਹੋ ਜੀ। ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ, ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਹੈ? ਬਿਲਕੁਲ ਸੁਣੀ ਜਾਂਦੀ ਆਮ ਬੰਦੇ ਦੀ, ਤੁਸੀਂ ਆਏ ਹੋ ਤਾਂ ਸੁਣਨਗੇ ਮੇਰੀ। ਆਸ ਲੱਗਦੀ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ? ਬਿਲਕੁਲ ਮਿਲੂਗਾ ਜੀ, ਮੈਨੂੰ ਵੀ ਇਨਸਾਫ ਮਿਲੂਗਾ, ਅਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਆ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ।
ਪਰ ਗੱਲ ਐ ਪਹਿਲ ਕਰਨੀ ਚਾਹੀਦੀ ਆ ਜੀ ਬੰਦੇ ਨੂੰ। ਬਿਲਕੁਲ ਜੀ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਜੇ ਕੋਈ ਧੱਕਾ ਕਰ ਰਿਹਾ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ, ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ। ਐਸਡੀਐਮ ਹੁਣ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ, ਰੇਡੀ ਵਾਲੇ ਨਾਲ ਗੱਲ ਕਰਾਂਗੇ, ਜਾ ਕੇ ਉਹ ਸੋਲਵ ਕਰਾਂਗੇ ਤੁਹਾਡਾ ਮਾਮਲਾ। ਬਿਲਕੁਲ ਵਧੀਆ ਕੰਮ ਕਰ ਰਹੇ ਜੀ, ਕਰ ਰਹੇ ਨੇ, ਮੇਰੀ ਤੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਆ, ਤਾਂ ਚੰਗਾ ਕੰਮ ਕਰ ਰਹੇ ਨੇ। ਇੱਦਾਂ ਸਾਡੇ ਕੋਲ ਕੱਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੌਲਾ ਪਾਰਕ ਦੇ ਕੋਲ ਕੋਈ ਛੋਲੇ ਭਟੂਰੇ ਰੇਹੜੀ ਲਗਾਉਂਦਾ ਅਤੇ ਉਹਦੀ ਦਰਖਾਸਤ ਇਹ ਸੀ ਵੀ ਸਾਡੇ ਉਹ ਭਟੂਰੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ। ਤਾਂ ਉਹ ਬੰਦੇ ਨੇ ਜਿਹੜਾ ਦਰਖਾਸਤ ਕਰਤਾ ਮਾਨਯੋਗ ਡੀ ਸਾਹਿਬ ਕੋਲੋਂ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ, ਤਾਂ ਉਹ ਡੀ ਸਾਹਿਬ ਵੱਲੋਂ ਮਾਰਕ ਹੋ ਕੇ ਸਾਡੇ ਕੋਲ ਆ ਗਈ ਹੈ ਅਤੇ ਅਸੀਂ ਕੱਲ੍ਹ ਸ਼ਾਮੀ ਆਈਏ, ਅਸੀਂ ਇਹਦੀ ਪੜਤਾਲ ਕਰਵਾ ਰਹੇ ਹਾਂ। ਸੋ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ, ਚਾਹੇ ਗੰਭੀਰ ਹੋਵੇ ਨਾ ਹੋਵੇ, ਅਸੀਂ ਹਰੇਕ ਸ਼ਿਕਾਇਤ ਦੀ ਜੋ ਵੀ ਦਰਖਾਸਤ ਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਉਂਦਾ। ਤਾਂ ਬਾਕੀ ਇਹ ਯੂਨੀਕ ਕੰਪਲੇਂਟ ਤਾਂ ਤੁਹਾਡੇ ਸਹੀ ਆਖੇ ਵਿੱਚ ਯੂਨੀਕ ਹੈ, ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ, ਤਾਂ ਅਸੀਂ ਇਹਦੀ ਬਾਕੀ ਪੜਤਾਲ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਓਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ। ਤਾਂ ਇਹ ਅਸੀਂ ਪਤਾ ਕਰਾ ਰਹੇ ਹਾਂ ਜੀ, ਕਿਉਂਕਿ ਉਹਦੇ ਨਾਲ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਅਤੇ ਮੁਹੱਲਾ ਲਿਖਿਆ ਕਰਤਾਰਪੁਰਾ ਬਸਤੀ, ਤਾਂ ਹਾਂ ਮਜ਼ਦੂਰੀ ਕਰਦਾ ਇੰਨਾ ਹੀ ਲਿਖਿਆ। ਤਾਂ ਜੇ ਮਿਲ ਗਿਆ ਐਡਰੈਸ ਤਾਂ ਵੀ ਠੀਕ ਹੈ, ਨਹੀਂ ਤਾਂ ਅਸੀਂ ਬਾਕੀ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉੱਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ। ਸੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣ ਰਿਹਾ ਪ੍ਰਸ਼ਾਸਨ ਪ੍ਰਤੀ, ਸਰਕਾਰ ਪੱਖੀ, ਸਰਕਾਰ ਪ੍ਰਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ਼ ਮਿਲੇਗਾ ਜਦੋਂ ਅਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ, ਤਾਂ ਚੰਗੀ ਗੱਲ ਹੈ ਜੀ। ਬਿਲਕੁਲ ਜੀ ਬਿਲਕੁਲ ਜੀ, ਸੁਣਵਾਈ ਹੋਏਗੀ। ਹਾਂ ਤਾਂ ਸਾਨੂੰ ਵੀ ਚੰਗਾ ਲੱਗਦਾ ਜੀ, ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ, ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ, ਤਾਂ ਹੀ ਉਹ ਕੁਛ ਨਾ ਕੁਛ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਵੀ ਹਾਂ ਮੇਰੀ ਸੁਣਵਾਈ ਹੋਊਗੀ, ਮੇਰੀ ਕਿਸੇ ਸ਼ਿਕਾਇਤ 'ਤੇ ਜਾਂ ਦਰਖਾਸਤ 'ਤੇ ਕੋਈ ਕਾਰਵਾਈ ਹੋਊਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ। ਸੋ ਅਸੀਂ ਇਹਦੀ ਪੜਤਾਲ ਕਰ ਰਹੇ।